ਜੀ ਵੀਰੋ ਅਸਲਾਮੁਅਲੈਕਮ ਮੈਂ ਤੁਹਾਡਾ ਵੀਰ ਮੁਸ਼ਰ ਅਲੀ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਵਿਊਜ਼ ਹੈਂਗਰ ਸਣਾਓ ਵੀ ਕੀ ਹਾਲ ਚਾਲ ਸਭ ਖੈਰੀਅਤ ਹੋ ਤਮ ਮੈਲ ਤੋਂ ਤੁਹਾਨੂੰ ਪਤਾ ਤਾਂ ਲੱਗਿਆ ਹੋਣਾ ਅੱਜ ਕਿਹੜਾ ਕੰਮ ਕਰਨਾ ਜੀ ਅੱਜ ਆਟਾ ਪਸਵਾਣਾ ਇਹ ਵੀ ਇੱਕ ਮੁਸ਼ਕਲ ਕੰਮ ਸਮਝਿਆ ਜਾਂਦਾ ਚਲੋ ਜੀ ਆਪਣਾ ਬਕਾਇਦਾ ਵਲੌਗ ਦਾ ਆਗਾਜ਼ ਕਰਦੇ ਹਾਂ ਜਿਹੜੇ ਨਵੇਂ ਭਾਈ ਆਪਣੇ YouTube ਚੈਨਲ ਸਬਸਕ੍ਰਾਈਬ ਕਰ ਲਿਓ ਜੀ ਅੱਜ ਆਟਾ ਪਸਵਾਉਣ ਜਾ ਰਹੇ ਆ ਇਹ بڑا ਇਹ ਵੀ ਇੱਕ ਨਾ ਕਮਕਾਰ ਸਮਝਿਆ ਜਾਂਦਾ ਆ ਵੇਖੋ ਜੀ ਆਪਣੀ ਆ ਗੱਡੀ ਆ ਜੀ ਹੁਣ ਆਪਾਂ ਟਰੈਵਲ ਕਰ ਰਹੇ ਆ ਇਹਦੇ ਤੇ ਅੱਗੇ ਟਰੈਵਲ ਕਰ ਰਹੇ ਆ ਮੋਬਾਈਲ ਨੂੰ ਸੈਟ ਸੂਟ ਕਰ ਲਿਆ ਵੀਡੀਓ ਬਣਾਉਣ ਵਾਸਤੇ ਚਲੋ ਜੀ ਹੁਣ ਵੀਡੀਓ ਸਟਾਰਟ ਕਰਦੇ ਆ ਐ ਵੇਖੋ ਜੀ ਮੋਲ ਸਫਰ ਸਟਾਰਟ ਹੋ ਗਿਆ ਐ ਜੀ ਆਪਣਾ ਪੈਟਰੋਲ ਪੰਪ ਆ ਗਿਆ ਘਾੜ ਦੇ ਕੋਲ ਹੀ ਜੀਟੀ ਰੋਡ ਚੱਲਣ ਡਿਆ ਮੋਟਰਸਾਈਕਲ ਦੀ ਸਪੀਡ ਵੀ ਜ਼ਰਾ ਵਧਾਤੀ ਸ਼ਾਮ ਦੇ ਟਾਈਮ ਮਜ਼ਾ ਹੀ ਬੜਾ ਆਂਦਾ ਮੌਸਮ ਵੀ ਬੜਾ ਖੀਰ ਬਣਿਆ ਹੋਇਆ ਇਹ ਦੇਖੋ ਜੀ ਟ੍ਰੈਫਿਕ ਵੱਡੇ ਵੱਡੇ ਟਾਇਲ ਨਾਲੋਂ ਗੁਜ਼ਰ ਰਹੇ ਨੇ ਮਾਸ਼ਾਅੱਲਾ ਜਾ ਰਿਹਾ ਕਾਪਟਾ ਕਢੀ ਜਾ ਰਹੀ ਹੈ ਨਾਮ ਤੌਰ ਤੇ ਦੇਖਿਆ ਜਾਵੇ ਤੇ ਪਿੰਡਾਂ ਤਾਂ ਉਹ ਤੇ ਹੀ ਕੰਮ ਹੁੰਦੇ ਆ ਆਟਾ ਪਸਵਾ ਲੋ ਜੀ ਪੱਠੇ ਵੜ ਲੋ ਪੱਠੇ ਪਾ ਲੋ ਇਹ ਸਾਰੇ ਕੰਮ ਫਿਰ ਚੱਲਦੇ ਰਹਿੰਦੇ ਆ 27 ਚੱਕ ਆ ਗਿਆ ਜੀ ਜਿੱਥੇ ਆਟਾ ਪਉਣਾ ਚੱਕ ਦੀ ਵੀ ਹਾਲ ਮੰਦੇ ਨੇ ਆ ਰੋਡ ਛੋੜ ਸਾਰਾ ਟੁੱਟਿਆ ਪਿਆ ਪਰ ਕੋਈ ਨਹੀਂ ਖੱਡੇ ਖੁੱਡੇ ਬਚਾ ਕੇ ਨੰਗਣਾ ਤਾਂ ਪਹਿਣਾ ਆਖਰਾਟਾ ਤਾਂ ਬਸਵਾਣਾ ਹੀ ਆ ਨਾ ਫਿਰ ਆ ਵੇਖੋ ਜੀ ਆ ਚੱਕ ਚ ਵੜ ਗਏ ਚੱਕ ਦੇ ਹਾਲ ਮੰਦੇ ਜਗਾ ਜਗਾ ਪਾਣੀ ਖੜਾ ਜੇ ਬਾਰਿਸ਼ ਆ ਜਵੇ ਤੇ ਮੁਸੀਬਤ ਬਣ ਜਾਂਦੀ ਹੈ ਨੰਗਣਾ ਮੁਸ਼ਕਲ ਹੋ ਜਾਂਦਾ ਪਰ ਨੰਗਣਾ ਤਾਂ ਪਹਿਣਾ ਆ ਨਾ ਆਖਰ ਕੰਮਕਾਰ ਤਾਂ ਕਰਨੇ ਪੈਣੇ ਆ ਚਲੋ ਜੀ ਆ ਪਹੁੰਚ ਗਏ ਫਿਰ ਚੱਕੀ ਤੇ ਚੱਕੀ ਦੀ ਸੂਰਤial ਦੇਖਦੇ ਆ ਭਈਆ ਆ ਵੇਖੋ ਜੀ ਬੜਾ ਰਾਸ਼ਾ ਆ ਜੀ ਤਾਂ ਬੜਾ ਟਾਈਮ ਓਖਾ ਲੱਗਣਾ ਚਲੋ ਫਿਰ ਪੋਂਚ ਤੱਕ ਅਲ ਹਮਦੁਲਿਲਾ ਪਾੜੇ ਦੀ ਜਿੱਤੀ ਦਾ ਅਟਾ ਜਟਾ ਪਿਆ ਹੋਵੇ ਅਗਲਾ ਟ੍ਰਾਂਸਫਰ ਦੇਖਿਆ ਜਾਏਗਾ ਕੀ ਉਹਦਾ ਆ ਇੱਥੇ ਪਹਿਲੇ ਦਾਣੇ ਸਾਫ਼ ਕੀਤੇ ਜਾਂਦੇ ਨੇ ਜਿਹੜਾ ਮਿੱਟੀ ਕਟਾ ਵਿੱਚ ਨਿਕਲ ਜਾਏ ਬਿਲਕੁਲ ਜ਼ਰਾ ਮਿੱਟੀ ਮੂਟੀ ਕੜਕੁੱਡ ਦੇਣੇ ਨੇ ਹੋਰ ਵੀ ਸੁਣਾ ਮੁੰਡਿਆ ਕੀ ਹਾਲ ਚਾਲ ਆ ਆਪਣਾ ਚੱਕੀ ਵਾਲਾ ਭਾਈ ਆ ਅਦਨਾਨ ਭਾਈ ਆ ਇਹ ਭਾਈ ਆਪਣਾ ਬਚਪਨ ਦਾ ਯਾਰ ਆ ਬੜਾ ਸੱਜਣ ਭਰਾ ਆਪਣਾ ਰਸਤਾ ਜਵਾਵਾਂ ਲੱਗਿਆ ਪਿਆ ਟਾਈਮ ਲੱਗ ਜਾਣਾ ਅੱਜ ਆ ਦੇਖੋ ਜੀ ਬਿਲਕੁਲ ਪਿੰਡੂ ਮੋਹਰ ਆ ਦਾਣੇ ਪਾਤੇ ਜੀ ਆ ਦਾਣੇ ਨਿਕਲਦੇ ਪਏ ਥੱਲੇ ਆਟਾ ਬਣ ਰਿਆ ਬਿਲਕੁਲ ਮੋਲ ਟੈਟ ਚਲਾਇਆ ਹੋਇਆ ਬੰਦਿਆਂ ਨੇ ਨਿਯਾਮ ਇਹ ਬਿਲਕੁਲ ਪੁਰਾਣਾ ਅੰਜਣਾ ਵੇਖੋ ਜੀ ਕਾਲੇ ਤੇਲ ਨਾਲ ਚੱਲਣ ਵਾਲਾ ਮੋਹਰ ਜੀ ਸਾਡੀ ਵਾਰੀ ਵੀ ਲੱਗ ਗਈ ਆ ਜੀ ਹਨੇਰਾ ਬੜਾ ਹੋ ਗਿਆ ਤੇ ਹੁਣ ਆਂਦੇ ਦੀ ਵੀਡੀਓ ਤਾਂ ਗਈ ਬਣ ਲੇਕਿਨ ਜਦੋਂ ਜਾਣਾ ਉਦੋਂ ਵੀਡੀਓ ਨਹੀਂ ਬਣਨੀ ਅੱਜ ਦਾ ਵਲੌਗ ਭਰਾਵਾਂ ਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਬੈਲ ਆਈਕਨ ਨੂੰ ਦਬਾ ਦਿਓ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ